एक गल नूं तुसीं सारे मनदे हो, कर्म बड़ी भारी चीज है। तुसीं आंढ गुआंढ देखदे हो, कर्मा करके कोई अमीर है कोई गरीब है, कर्म ही है ना। कर्मा करके कोई रक्षा चला रहा है कोई उत्ते बैठा है, कर्मा करके कोई किराए ते रह रहा है किसी की अपनी, कर्मा करके किसे कोल 20 लख दी कार है, किसे कोल स्कूटरी है, किसे कोल साइकिल है, कर्मा करके किसे कोल साइकिल भी नहीं लत्तां ने, कर्मा करके किसे कोल लत्तां भी नहीं ने। आखो सतनाम। अज एक गल पायो, कर्म बड़े भारे है, कर्मा की खेड़ी है। आज एक गल दिमाग च पायो, गुरु नानक जिन्हों का 550 साल इस्त्री शक्ति वाले ते रमेश नगर दे इस गुरुद्वारे की कमेटी वाले मना रहे है, कर्म बहुत भारे है। पर आज एक अंदर गल वसा लो, गुरु नानक की दयालता कर्मा तो उत्ते है। हाँ, इनू बड़े ध्यान ना सुने, दयालता कर्मा तो उत्ते है। असी कीर्तन करन जा रहे सी, मैं कार च बैठा हुआ ड्राइवर सीट दे नाल ते पंजाब विच, ते दास दे अगे एक ट्रक जा रहा सी, ते पंजाब विच ना ट्रकां दे मगर कोई ना कोई लिखिया हुंदा कईआं ने, ਉਹ ਡਰਾਈਵਰ ਸੀਟ ਦੇ ਮੈਂ ਨਾਲ ਬੈਠਾ, ਸਾਹਮਣੇ ਟਰੱਕ ਹੈ ਅਤੇ ਟਰੱਕ ਦੀ ਬੈਕ ਸਾਈਡ 'ਤੇ ਲਿਖਿਆ, ਅਤੇ ਅੱਖਾਂ ਉਹਦੇ 'ਤੇ ਵਾਰ ਵਾਰ ਪੈ ਰਹੀਆਂ ਸੀ। ਉਹ ਟਰੱਕ 'ਤੇ ਕੀ ਲਿਖਿਆ ਸੀ, ਮਗਰ ਸਮੇਂ ਤੋਂ ਪਹਿਲਾਂ ਅਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਆਖੋ ਸਤਨਾਮ। ਸਮੇਂ ਤੋਂ ਪਹਿਲਾਂ ਅਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਮੈਂ ਉਹ ਪੜ੍ਹ ਕੇ ਨਾ ਸੋਚੀ ਪੈ ਗਿਆ, ਠੀਕ ਲਿਖਿਆ, ਕਿਸੇ ਟਰੱਕ ਵਾਲੇ ਨੇ ਕੁਝ ਲਿਖਿਆ ਹੁੰਦਾ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਕਿਸੇ ਨੇ ਕੁਝ ਲਿਖਿਆ ਹੁੰਦਾ। ਉਹਨੇ ਲਿਖਿਆ ਸੀ, ਸਮੇਂ ਤੋਂ ਪਹਿਲਾਂ ਅਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ। ਮੈਂ ਸੋਚੀ ਪੈ ਗਿਆ, ਮੈਂ ਕਿਹਾ ਵੀ ਠੀਕ ਲਿਖਿਆ। ਫਿਰ ਸੋਚਦੇ ਸੋਚਦੇ ਸੋਚ ਇੱਥੇ ਗਈ, ਮੈਂ ਕਿਹਾ ਗੁਰੂ ਨਾਨਕ ਦਿਆਲੂ ਹੋ ਜੇ, ਸਮੇਂ ਤੋਂ ਪਹਿਲਾਂ ਵੀ ਦੇ ਸਕਦਾ, ਕਰਮਾਂ ਤੋਂ ਬਿਨਾਂ ਵੀ ਦੇ ਸਕਦਾ। ਕਹਿ ਦਿਓ ਗੱਜ ਕੇ ਸਤਨਾਮ। ਦਿਆਲਤਾ ਉੱਤੇ ਕਰਮਾ। ਕਿਸੇ ਨੂੰ ਮਾੜਾ ਸ਼ੱਕ ਹੋਵੇ ਤਾਂ ਮਾਤਾ ਸੁਲੱਖਣੀ ਦਾ ਸੀਨ ਸਾਹਮਣੇ ਲੈ ਆਓ। ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਸੀ ਪੁੱਤਰ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਤੇਰੇ ਕਰਮਾਂ 'ਚ ਨਹੀਂ ਔਲਾਦ। ਉਹ ਬਾਹਰ ਚਲੀ ਗਈ ਸੀ, ਚਿਹਰਾ ਉਦਾਸ, ਅੱਥਰੂ ਵੀ ਵਗਣ, ਕਿਸੇ ਲਿਖਿਆ ਭਾਈ ਗੁਰਦਾਸ ਜੀ ਮਿਲੇ, ਕਿਸੇ ਲਿਖਿਆ ਬਾਬਾ ਬੁੱਢਾ ਸਾਹਿਬ ਮਿਲੇ, ਵੀ ਰੋ ਰਹੀ। ਕਹਿੰਦੀ ਰੋਵਾਂ ਨਾ ਤਾਂ ਕੀ ਕਰਾਂ, ਗੁਰੂ ਹਰਗੋਬਿੰਦ ਸਾਹਿਬ ਕੋਲੋਂ ਪੁੱਤਰ ਮੰਗਿਆ ਅਤੇ ਉਹਨਾਂ ਕਿਹਾ ਕਰਮਾਂ 'ਚ ਨਹੀਂ ਲਿਖਿਆ। ਕਹਿੰਦੇ ਬਸ ਆ ਗਈ। ਹੁਣ ਉਹ ਬੀਬੀ ਦੇ ਦਿਮਾਗ 'ਚ ਕੀ ਹੋਏਗਾ, ਕਰਮਾਂ 'ਚ ਨਹੀਂ ਲਿਖਿਆ ਤਾਂ ਗੁਰੂ ਕੀ ਕਰੇਗਾ। ਆਖੋ ਸਤਨਾਮ। ਬਸ ਅੱਜ ਦਾ ਸਤਸੰਗ ਜੇ ਅੱਜ ਉਹਦੇ ਦਿਮਾਗ 'ਚ ਹੋਈ ਹੈ ਨਾ ਵੀ ਕਰਮਾਂ 'ਚ ਨਹੀਂ ਤਾਂ ਹੁਣ ਗੁਰੂ ਕੀ ਕਰ ਸਕਦੇ, ਉਹਨਾਂ ਕਰਮ ਵੱਡੇ ਨੇ ਗੁਰੂ ਤੋਂ ਦਿਆਲਤਾ ਤੋਂ। ਉਹਨਾਂ ਦੁਬਾਰਾ ਭੇਜਿਆ ਜਾਂ ਦੁਬਾਰਾ ਫਿਰ ਬੇਨਤੀ ਕਰ,
ਤੇ ਜਦੋਂ ਕਹਿਣਗੇ ਕਰਮਾਂ 'ਚ ਨਹੀਂ ਤੇ ਕਹਿ ਦਈ ਲਿਖਣ ਵਾਲੇ ਤੇ ਤੁਸੀਂ ਹੋਈ ਹੋ, ਕਹਿ ਦਿਓ ਗੱਜ ਕੇ ਸਤਨਾਮ। ਉੱਥੇ ਕਰਮਾਂ ਕਰਕੇ ਨਹੀਂ ਲਿਖਿਆ, ਇੱਥੇ ਬਖਸ਼ਿਸ਼ ਕਰਕੇ ਲਿਖ ਦਿਓ, ਕਲਮ ਤਾਂ ਤੁਹਾਡੇ ਹੱਥ ਹੀ ਹੈ। ਹੁਣ ਤੁਸੀਂ ਸਾਰੀ ਸੰਗਤ ਪੜ੍ਹੇ ਲਿਖੇ ਬੈਠੇ ਹੋ। ਸੱਤ ਪੁੱਤਰ ਉਸ ਬੀਬੀ ਦੇ ਵਿਹੜੇ ਖੇਡੇ, ਮਾਤਾ ਸੁਲੱਖਣੀ ਜੀ ਦੇ, ਤਰਨ ਤਰਨ ਰੋਡ ਦੇ ਸਥਾਨ ਹੈ ਉਹਨਾਂ ਦਾ। ਉਹ ਸੱਤ ਪੁੱਤਰ ਮਾਤਾ ਸੁਲੱਖਣੀ ਦੇ ਵਿਹੜੇ ਖੇਡੇ, ਤੁਸੀਂ ਸਾਰੀ ਸੰਗਤ ਦੱਸੋ ਕਿੱਥੋਂ ਖੇਡੇ, ਕਰਮਾਂ 'ਚੋਂ ਖੇਡੇ? ਨਹੀਂ, ਗੁਰੂ ਹਰਗੋਬਿੰਦ ਸਾਹਿਬ ਤੇਰੀ ਦਿਆਲਤਾ 'ਚੋਂ ਖੇਡੇ। ਇਹਦਾ ਮਤਲਬ ਗੁਰੂ ਦਿਆਲੂ ਹੋ ਜੇ ਸਮੇਂ ਤੋਂ ਪਹਿਲਾਂ ਵੀ ਮਿਲ ਸਕਦਾ ਅਤੇ ਕਰਮਾਂ ਤੋਂ ਬਿਨਾਂ ਵੀ ਮਿਲ ਸਕਦਾ। ਕਹਿ ਦਿਓ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਦਿਆਲਤਾ ਗੁਰੂ ਨਾਨਕ ਦੀ ਕਰਮਾਂ ਤੋਂ ਉੱਤੇ ਹੈ। ਜੇ ਕਰਮ ਬੜੀ ਵੱਡੀ ਚੀਜ਼ ਹੈ, ਛੋਟੀ ਨਹੀਂ ਹੈ, ਪਰ ਦਿਆਲਤਾ ਉਸ ਤੋਂ ਵੱਡੀ ਹੈ। ਜਦੋਂ ਮਹਾਰਾਜ ਆਏ ਨਾ ਜੀ, ਕਿਲ੍ਹਾ ਛੱਡਿਆ, ਉਸ ਤੋਂ ਬਾਅਦ ਚਮਕੌਰ ਦੀ ਗੜੀ, ਦੋਵੇਂ ਸਾਹਿਬਜ਼ਾਦੇ ਸ਼ਹੀਦ ਹੋ ਗਏ, ਵੱਡੇ ਛੋਟੇ ਵਿਛੜ ਗਏ, ਮਾਤਾ ਜੀ ਵਿਛੜ ਗਏ। ਅਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ ਨਾ ਜੀ, ਰਾਏ ਕੋਟ ਰਾਏ ਕੱਲਾ ਤੋਂ ਹੁੰਦੇ ਹੋਏ ਮਾਛੀਵਾੜਾ ਨੰਗੇ ਪੈਰੀ, ਉਸ ਸਮੇਂ ਦੌਰਾਨ ਇਹ ਲੁਧਿਆਣੇ ਦੇ ਕੋਲ ਪਿੰਡ ਨਗਰ ਜਿੱਥੇ ਚੌਧਰੀ ਸ਼ਮੀਰ ਹੈ, ਉਹਨੇ ਦੁੱਧ ਪਿਆਇਆ ਮਹਾਰਾਜ ਨੂੰ, ਦੁੱਧ ਛਕਾਇਆ, ਦੂਜੇ ਦਿਨ ਫਿਰ ਲਿਆਇਆ ਗਰਮ ਕਰਕੇ। ਸਮਾਂ ਉਹ ਖਤਰੇ ਵਾਲਾ ਸੀ, ਨਾਜ਼ੁਕ ਸਰਕਾਰ ਲੱਭ ਰਹੀ ਸੀ, ਅਤੇ ਦੂਜੇ ਦਿਨ ਦੁੱਧ ਛਕ ਰਹੇ। ਅਤੇ ਉਹ ਚੌਧਰੀ ਸ਼ਮੀਰ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ, ਮਹਾਰਾਜ ਅੱਜ ਇੱਕ ਬੇਨਤੀ ਕਰਨੀ। ਅਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਦੱਸੋ, ਕਹਿੰਦੇ ਮੇਰਾ ਜਨਮ ਮਰਨ ਕੱਟ ਦਿਓ। ਅਤੇ ਕਲਗੀਆਂ ਵਾਲੇ ਕਹਿੰਦੇ ਕੱਲ੍ਹ ਗੱਲ ਕਰਾਂਗੇ। ਅਗਲੇ ਦਿਨ ਫਿਰ ਦੁੱਧ ਲੈ ਕੇ ਆਇਆ ਮਹਾਰਾਜ, ਦੁੱਧ ਛਕ ਰਹੇ ਹੈ, ਡੋਲੂ 'ਚੋਂ ਕੱਢਿਆ, ਗਲਾਸ 'ਚ ਪਾਇਆ, ਮਹਾਰਾਜ ਨੂੰ ਗਲਾਸ ਦਿੱਤਾ, ਇਹਨੇ ਫਿਰ ਫੈਲ ਲਾਤੀ ਹੈ, ਮਹਾਰਾਜ ਮੇਰਾ ਜਨਮ ਮਰਨ ਕੱਟ ਦਿਓ। ਅਤੇ ਮਹਾਰਾਜ ਨੇ ਨਾ ਇੰਝ ਗਲਾਸ ਰੱਖਿਆ, ਗਲਾਸ ਰੱਖ ਕੇ ਕਹਿੰਦੇ ਤੇਰਾ ਕੰਮ ਰਾਤੀ ਕਰ ਤਾਂ ਦਿੱਤਾ, ਆਖੋ ਸਤਨਾਮ, ਤੇਰਾ ਕੰਮ ਰਾਤੀ ਕਰ ਤਾਂ ਦਿੱਤਾ। ਕਹਿੰਦਾ ਜੀ ਮੈਂ ਸਮਝਿਆ ਨਹੀਂ, ਤੂੰ ਕੀ ਮੰਗਿਆ ਸੀ? ਜਨਮ ਮਰਨ ਕੱਟ ਦਿਓ, ਤੇਰਾ ਕੰਮ ਰਾਤੀ ਹੋ ਤਾਂ ਗਿਆ। ਜੀ ਮੈਂ ਸਮਝਿਆ ਨਹੀਂ। ਅਤੇ ਮਹਾਰਾਜ ਨੇ ਇੰਝ ਦੋਵੇਂ ਹੱਥ ਕੀਤੇ, ਕਹਿੰਦੇ ਰਾਤੀ ਕੁਝ ਨਹੀਂ ਵੇਖਿਆ, ਰਾਤੀ ਕੁਝ ਨਹੀਂ ਵੇਖਿਆ। ਫਿਰ ਬੋਲਿਆ, ਕਹਿੰਦੇ ਦੋ ਸੁਪਨੇ ਵੇਖੇ ਨੇ ਬੜੇ ਭੈੜੇ। ਕੀ ਵੇਖੇ ਜੀ? ਕਹਿੰਦਾ ਜੀ ਦੋ ਸੁਪਨਿਆਂ ਵਿੱਚ ਭੈੜੀ ਤੋਂ ਭੈੜੀ ਜੂਨ ਵਿੱਚ ਮੈਂ ਜਨਮ ਲਿਆ, ਆਖੋ ਸਤਨਾਮ। ਦੋ ਸੁਪਨੇ, ਸੁਪਨਾ ਚੱਲ ਰਿਹਾ ਸੀ ਅਤੇ ਕੋਈ ਚੀਜ਼ ਡਿੱਗੀ ਅਤੇ ਸੁਪਨਾ ਟੁੱਟ ਗਿਆ। ਮੈਂ ਵੇਖਿਆ ਉੱਠਣ ਦਾ ਟਾਈਮ ਨਹੀਂ ਹੋਇਆ, ਮੈਂ ਫਿਰ ਸੌਂ ਗਿਆ। ਸੌਣ ਤੋਂ ਬਾਅਦ ਦੂਜਾ ਸੁਪਨਾ ਸ਼ੁਰੂ ਹੋ ਗਿਆ ਅਤੇ ਦੋ ਸੁਪਨਿਆਂ 'ਚ ਮੈਂ ਭੈੜੀ ਤੋਂ ਭੈੜੀ ਜੂਨ 'ਚ ਜਨਮ ਲਿਆ। ਅਤੇ ਬਾਜਾਂ ਵਾਲੇ ਨੇ ਪਤਾ ਕੀ ਕਿਹਾ? ਕਹਿਣ ਲੱਗੇ ਦੋ ਸੁਪਨਿਆਂ 'ਚ ਜਿੰਨੀਆਂ ਜੂਨਾਂ ਤੂੰ ਵੇਖੀਆਂ ਸੁਪਨਿਆਂ 'ਚ, ਇਹ ਸਾਰੀਆਂ ਤੂੰ ਭੁਗਤਣੀਆਂ ਸੀ। ਗੁਰੂ ਨਾਨਕ ਦੀ ਦਿਆਲਤਾ ਨੇ ਰੱਬ ਦਾ ਲਿਖਿਆ ਵੀ ਪੂਰਾ ਕਰਤਾ, ਸੁਪਨੇ ਵਿੱਚ ਹੋ ਗਿਆ ਕੱਟਿਆ ਗਿਆ, ਲਿਖਿਆ ਵੀ ਪੂਰਾ ਹੋ ਗਿਆ, ਅਤੇ ਸਾਰੀਆਂ ਜੂਨਾਂ ਤੇਰੀਆਂ ਸੁਪਨਿਆਂ 'ਚ ਕੱਟੀਆਂ ਗਈਆਂ। ਇਹ ਸਿਰਫ ਪਹਿਲੀ ਗੱਲ ਇਹ ਤੁਹਾਡੇ ਨਾਲ ਕਰਨੀ ਸੀ ਵੀ ਦਿਆਲਤਾ ਇੰਨੀ ਵੱਡੀ ਹੈ, ਕਰਮਾਂ ਤੋਂ ਉੱਤੇ ਹੈ। ਹਾਲਾਂ ਕਰਮ ਛੋਟੀ ਗੱਲ ਨਹੀਂ, ਕੋਈ ਬੜੀ ਵੱਡੀ ਗੱਲ ਹੈ, ਪਰ ਉਹ ਦਿਆਲੂ ਹੋ ਜੇ ਤਾਂ ਵਰ ਕੇ ਪਾੜ ਸਕਦਾ। ਕੋਈ ਗੱਲ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ। ਜਿਨ ਕੋ ਕਿਰਪਾ ਕਰੀ ਜਗਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਜ਼ ਫਾੜੇ, ਜਨ ਨਾਨਕ ਲਿਖਾ ਸਮਝਾ, ਆਖੋ ਸਤਨਾਮ। ਹੁਣ ਹੋਰ ਅੱਗੇ ਨਹੀਂ, ਹੁਣ ਥੋੜ੍ਹੀ ਜਿਹੀ ਵਿਚਾਰ ਕਰਨੀ ਹੈ।
ਇਹ ਮੇਰਾ ਦਿਲ ਕਰਦਾ ਸੀ ਸੁਕੇਤ ਮੰਡੀ ਦੇ ਰਾਜੇ ਦੇ ਵੀ ਕਥਾ ਕਰਾਂ ਵੀ ਉਹ ਵੀ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ ਸੀ ਤੇ ਰਾਗੀ ਸਿੰਘ ਸ਼ਬਦ ਪੜ ਰਹੇ ਸੀ ਲੇਖ ਨਾ ਮਿਟੀ ਏ ਸਖੀ ਜੋ ਲਿਖਿਆ ਕਰਤਾ ਤੇ ਉਹਦੇ ਵੀ ਤਰੇੜ ਆ ਗਈ ਕਹਿੰਦਾ ਮੈਂ ਐਡੀ ਦੂਰੋਂ ਆਇਆ ਗੁਰੂ ਰਾਮਦਾਸ ਦੇ ਦਰ ਤੇ ਤੇ ਲੇਖ ਹੀ ਨਹੀਂ ਮਿਟਣੇ ਤੇ ਫਾਇਦਾ ਕੀ ਆਣਦਾ ਆਖੋ ਸਤਨਾਮ ਫਿਰ ਉਹਨੂੰ ਵੀ ਗੁਰੂ ਅਰਜਨ ਸਾਹਿਬ ਨੇ ਸਾਰਾ ਜਿਹੜਾ ਨਾ ਜਵਾਬ ਹੁਣ ਉੱਧਰ ਜਾਵਾਂ ਟਾਈਮ ਲੱਗ ਜਾਏਗਾ ਲੇਖ ਮਿਟਦੇ ਵੀ ਨਹੀਂ ਪਰ ਮਿਟਦੇ ਵੀ ਨੇ ਉਹਦੀ ਮਰਜ਼ੀ ਹੋਵੇ ਸੁਪਨੇ 'ਚ ਕੱਟ ਦਿੰਦਾ ਲਿਖਿਆ ਵੀ ਪੂਰਾ ਹੋ ਗਿਆ ਨਹੀਂ ਮਿਟੇ ਸਰੀਰ 'ਤੇ ਕਸ਼ਟ ਵੀ ਨਹੀਂ ਆਇਆ ਆ ਕਈ ਵਾਰੀ ਕਈ ਬੀਬੀਆਂ ਨਾ ਮੈਨੂੰ ਕਹਿੰਦੀਆਂ ਵੀਰ ਜੀ ਮੈਂ ਬੜੀ ਉਦਾਸ ਹਾਂ ਕੀ ਹੋਇਆ ਬੜਾ ਭੈੜਾ ਸੁਪਨਾ ਆਇਆ ਆਖੋ ਸਾਧਨਾ ਇਹ ਕੋਈ ਪਤਾ ਨਹੀਂ ਹੁੰਦਾ ਗੁਰੂ ਨਾਨਕ ਤੁਹਾਡੇ ਇੰਨੀ ਨੇੜੇ ਹੈ ਵੀ ਉਹ ਜਿਹੜਾ ਭੈੜਾ ਆਇਆ ਉਸ ਵੇਲੇ ਉਦਾਸ ਨਾ ਹੋਇਆ ਕਰੋ ਉਹ ਹੋ ਸਕਦਾ ਚੀਜ਼ ਸਰੀਰ ਕਰਕੇ ਆਉਣੀ ਹੋਵੇ ਤਾਂ ਉਹ ਗੁਰੂ ਨਾਨਕ ਨੇ ਭੈੜਾ ਚੀਜ਼ ਸੁਪਨੇ 'ਚ ਕੱਟਤੀ ਤੁਹਾਡੀ ਇਹਨੂੰ ਪਲੱਸ ਪੁਆਇੰਟ ਵੱਲ ਖੜਿਆ ਕਰੋ ਮਾਈਨਸ ਵੱਲ ਨਾ ਖੜਿਆ ਕਰੋ ਇਹਨੂੰ ਹੋਰ ਲੰਬਾ ਨਹੀਂ ਕਰਦੇ ਵੀ ਦਿਆਲਤਾ ਮੈਂ ਕਹਿੰਦਾ ਇੰਨੀ ਵੱਡੀ ਹੈ ਗੁਰੂ ਦਿਆਲੂ ਹੋ ਜੇ ਝੋਲੀ ਨਹੀਂ ਜੇ ਭਰਦਾ ਇਹ ਸੁਣ ਲਿਓ ਜਰਾ ਗੁਰੂ ਦਿਆਲੂ ਹੋ ਜੇ ਐਡੀ ਵੱਡੀ ਦਿਆਲਤਾ ਉਹਦੀ ਗੁਰੂ ਦਿਆਲੂ ਹੋ ਜੇ ਕੇਵਲ ਝੋਲੀ ਨਹੀਂ ਭਰਦਾ ਜੇ ਉਹ ਦਿਆਲੂ ਹੋ ਜੇ ਹੋ ਸਕਦਾ ਤੁਹਾਨੂੰ ਝੋਲੀਆਂ ਭਰਨ ਵਾਲਾ ਬਣਾ ਦੇ ਇਹ ਦਿਆਲਤਾ ਇੰਨੀ ਵੱਡੀ ਹੈ ਝੋਲੀਆਂ ਭਰਨ ਵਾਲਾ ਬਣਾ ਦੇ ਜੀ ਇੰਨੀ ਵੱਡੀ ਹੈ ਕਿਸੇ ਨੇ ਅੱਖੀ ਵੇਖਣਾ ਹੋਵੇ ਤਾਂ ਆ ਜਾਓ ਅੰਮ੍ਰਿਤਸਰ ਚਾਟੀ ਮਿੰਟ ਚੌਂਕ ਬਾਬਾ ਦੀਪ ਸਿੰਘ ਦਾ ਸਥਾਨ ਹੈ ਅੱਜ ਐਤਵਾਰ ਹੈ ਮੇਰੇ ਖਿਆਲ 'ਚ ਐਤਵਾਰ 4-5 ਲੱਖ ਬੰਦਾ ਬਾਬਾ ਦੀਪ ਸਿੰਘ ਦੇ ਦਰ 'ਤੇ ਸੀਸ ਝੁਕਾਉਂਦਾ ਹੈ ਚੁਪਹਿਰਾ ਕੱਢਦੀ ਸੰਗਤ ਲੱਖ ਕੁ ਬੰਦਾ ਕੱਢਦਾ ਹੋਣਾ ਚੁਪਹਿਰਾ ਅਤੇ ਟੋਟਲ 4-5 ਲੱਖ ਬੰਦਾ ਸੀਸ ਝੁਕਾਉਂਦਾ ਹੋਣਾ ਅਤੇ ਤੁਸੀਂ ਕਾਪੀ ਪੈਨ ਲੈ ਕੇ ਖਲੋ ਜਾਓ ਬਾਹਰ ਜਿਹੜਾ ਨਿਕਲੇ ਉਹਨੂੰ ਪੁੱਛੋ ਵੀ ਤੈਨੂੰ ਕੀ ਮਿਲਿਆ ਕਿੰਨੀਆਂ ਕਿਤਾਬਾਂ ਛਪ ਜਾਣਗੀਆਂ ਅਤੇ ਬਾਬਾ ਦੀਪ ਸਿੰਘ ਕੌਣ ਨੇ ਸਿੱਖ ਨੇ ਨਾ ਇੱਕ ਅਲਗੀਆਂ ਲੈਦੇ ਇਹ ਚਾਬੀਆਂ ਨਹੀਂ ਦਿੱਤੀਆਂ ਝੋਲੀਆਂ ਭਰਨ ਵਾਲਾ ਨਹੀਂ ਬਣਾਤਾ ਆਖੋ ਸਤਨਾਮ ਦਿਆਲਤਾ ਇੰਨੀ ਵੱਡੀ ਹੈ ਝੋਲੀ ਭਰਦਾ ਨਹੀਂ ਝੋਲੀਆਂ ਭਰਨ ਵਾਲਾ ਬਣਾ ਦਿੰਦਾ ਦਿਆਲਤਾ ਇੰਨੀ ਵੱਡੀ ਹੈ ਚਾਬੀਆਂ ਦੇ ਦਿੰਦਾ ਗੱਜ ਕੇ ਆਖੋ ਸਤਨਾਮ ਚਾਬੀਆਂ ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ ਕਹਿੰਦੇ ਗੁਰੂ ਦੀ ਦਿਆਲਤਾ ਇੰਨੀ ਵੱਡੀ ਹੈ ਗੁਰੂ ਦਿਆਲੂ ਹੋ ਜੇ ਨਾ ਜੀਂਦਿਆਂ ਪਿੱਠ ਲੱਗਣ ਦਿੰਦਾ ਨਾ ਮਰਨ ਤੋਂ ਬਾਅਦ ਪਿੱਠ ਲੱਗਣ ਦਿੰਦਾ ਕਹਿ ਦਿਓ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਸੰਗਤ ਜੀ 15-20 ਮਿੰਟ ਹੱਥ ਰੱਖਣਾ ਸਿਰ 'ਤੇ ਇਹ ਮਾੜਾ ਜਿਹਾ ਸੁਣਿਆ ਤੁਸੀਂ ਦਿਆਲਤਾ ਵੱਡੀ ਕਿੰਨੀ ਹੈ ਹੁਣ ਇਹੋ ਸੁਣ ਕੇ ਚੱਲ ਜਾਈਏ ਅਤੇ ਆਨੰਦ ਨਹੀਂ ਫਿਰ ਵਡਿਆਈ ਹੈ ਚਲੋ ਸਿਫਤ ਸਲਾਹ ਹੈ ਹੁਣ 15-20 ਮਿੰਟ ਸੇਵਾ ਲੈਣੀ ਦਿਆਲਤਾ ਮਿਲਦੀ ਕਿਵੇਂ ਆਖੋ ਸਤਨਾਮ ਵੀ ਤੁਸੀਂ ਕਿਹੜਾ ਕੰਮ ਕਰੋ ਉੱਥੋਂ ਦਿਆਲਤਾ ਚੱਲ ਕੇ ਤੁਹਾਡੀ ਝੋਲੀ 'ਚ ਆ ਜਾਏ